ਔਰ ਚੱਲੋ ਭਾਈ ਚੱਲ ਪਿਆ ਕੈਮਰਾ। ਲਓ ਫਿਰ ਨਾਜ਼ਰੀਨ, ਅੱਜ ਇਸ ਗਰਾਊਂਡ ਦੇ ਵਿੱਚ ਦੱਕਨ ਚਾਰਜਰਸ ਅਤੇ ਰਾਇਲ ਚੈਲੇਂਜਰਸ ਇਹ ਦੋਵੇਂ ਟੀਮਾਂ ਇੱਕ ਦੂਜੇ ਦੇ ਖੁੰਨੇ ਸੇਕਣ ਵਾਸਤੇ ਤਿਆਰ ਨੇ। ਹੁਣ ਹੋਏਗਾ ਟਾਸ। ਹੌਲੀ ਸਿੱਟੀ, ਉਹ ਕਿੱਥੇ ਗਿਆ? ਅੱਛਾ ਆ ਗਿਆ ਥੱਲੇ। ਹਾਂ ਵੀ ਕੌਣ ਜਿੱਤਿਆ ਤੇ ਕਿਹਨੂੰ ਮੌਤ ਪਈ? ਰਾਇਲ। ਲਓ ਨਾਜ਼ਰੀਨ, ਟਾਸ ਵੀ ਉਸ ਟੀਮ ਨੇ ਜਿੱਤਿਆ ਜਿਹੜੀ IPL ਦੇ ਕਾਗਜ਼ਾਂ 'ਚ ਹਾਰ ਗਈ। ਸਾਰਿਆਂ ਨੂੰ ਤਾਂ ਨਾ ਦੱਸੋ। ਅੱਛਾ, ਵੈਸੇ ਤੁਸੀਂ ਅੱਛਾ ਖੇਲਣ ਦੀ ਕੋਸ਼ਿਸ਼ ਕਰੋਗੇ? ਦੇਖੋ ਜੀ, ਜਦੋਂ ਹਰਨ ਦਾ ਜ਼ੇਹਨ ਲੈ ਕੇ ਆਏ ਹੋਈਏ ਤਾਂ ਫਿਰ ਜਿੱਤਣ ਦੀ ਗੱਲ ਤਾਂ ਨਹੀਂ ਨਾ ਹੋਣੀ। ਜਿਹੜੀ ਪਾਰਟੀ ਨੇ ਪੈਸੇ ਖਰਚਣੇ ਉਹਦੇ ਕੋਲੋਂ ਕੁੱਟ ਖਾਣੀ। ਜਿਸ ਪਾਰਟੀ ਨੇ ਤੁਹਾਡੇ 'ਤੇ ਲੱਖਾਂ ਰੁਪਈਆ ਲਾ ਕੇ ਜਿੱਤਣ ਦੀ ਉਮੀਦ ਕੀਤੀ ਆ, ਉਹਨੂੰ ਕੀ ਇਕੱਲਾ ਤੁਸੀਂ ਛਣਕਣਾ ਦੇ ਕੇ ਘਰ ਘੱਲਣਾ ਜੀ? ਬੜਾ ਤੁਹਾਡਾ ਟੁੱਟੇ ਕੇਲੇ ਵਰਗਾ ਮੂੰਹ ਹੈ, ਇਸ ਬਾਰੇ 'ਚ ਕੀ ਕਹੋਗੇ ਦੱਸੋ? ਜਦੋਂ ਹਰਨ ਦਾ ਕਰੋੜਾਂ ਰੁਪਈਆ ਮਿਲਦਾ ਹੋਵੇ ਤਾਂ ਜਿੱਤਣ ਦੇ ਲੱਖਾਂ ਰੁਪਈਆ ਨੂੰ ਕੀ ਕਰਨਾ? ਆ ਦੱਕਨ ਚਾਰਜਿਸ ਨੇ ਅੱਜ ਜਿੱਤਣਾ ਹੀ ਨਾ, ਵੇਖ ਲੈਣਾ 2-2 ਲੱਖ ਰੁਪਈਆ ਨਹੀਂ ਹਿੱਸਾ ਹੋਣਾ।